अस्सलाम वालेकुम दोस्तों, मैं हूं तौसीफ़ और आप देख रहे हैं सोलहरी टीवी। नाज़रीन, इस वीडियो में हम पीके रन मुरीद साहब की जो न्यू वीडियो आई है उस पर रिएक्शन देने जा रहे हैं, तो इस वीडियो को एंड तक देखिएगा। उम्मीद करते हैं ये वीडियो आपको ज़रूर पसंद आएगी। तो चलिए, लेट्स गेट स्टार्टेड। ओ सानू नहर वाले पुल ते बुला के ते होरे माही किथे रह गया, सानू नहर वाले पुल ते बुला के ते होरे माही किथे रह गया, ਸਾਡੀ ਅੱਖਾਂ ਵਿੱਚੋਂ ਨੀਂਦਰਾਂ ਉਡਾ ਕੇ। ਸ਼ੇਰਾਂਵਾਲਾ ਬਾਗ ਸ਼ਹਿਰ, ਸ਼ੇਰਾਂਵਾਲਾ ਬਾਗ ਜੀ, ਆਇਓ ਜੀ ਸ਼ਹਿਰ, ਸ਼ੇਰਾਂਵਾਲਾ ਬਾਗ, ਸ਼ੇਰਾਂਵਾਲੇ ਬਾਗ ਭਾਈ, ਸ਼ੇਰਾਂਵਾਲੇ ਬਾਗ। ਹਾਂਜੀ ਭਾਈ, ਬਵੋ ਬਵੋ ਭਾਈ, ਬਵੋ ਕਿਰਾਇਆ ਬਵੋ ਵੇਖੋ, ਪੰਦਰਾਂ ਰੁਪਏ ਸਵਾਰੀ, 10 ਰੁਪਏ ਦੇਣੇ। ਉਹ ਨਹੀਂ ਭਾਈ ਨੂੰ 10 ਰੁਪਏ, ਫਿਰ ਹੋਰ ਕੋਈ ਲੱਭ ਲਓ, ਪਿੱਛੇ ਸੁਰੱਖਿਆ ਵੀ ਦੇਣੀ ਹੈ। ਨਹੀਂ 15 ਰੁਪਏ ਭਾਈ ਲੱਗਣੇ ਜੇ, ਹੋਰ ਪਿੱਛੇ ਰਕਸ਼ਾ ਕੋਈ ਨਹੀਂ। ਆ ਤੇ ਨਹੀਂ ਆ ਤੇ ਫਿਰ 15 ਰੁਪਏ ਹੋਣੇ ਜੇ ਦਿਲ ਕਰਦਾ। ਉਹ ਪਿੱਛੇ ਆ ਤੇ ਸਹੀ ਹੈ ਯਾਰ, ਬਹਿਓ ਬਹਿਓ, 15 ਰੁਪਏ ਸਵਾਰੀ ਹੈ, ਸਵਾਰੀ ਦਾ ਕਿਰਾਇਆ ਨਹੀਂ ਘਟਾਣਾ ਬਵੋ ਵਿੱਚ। ਉਹ ਤੁਸੀਂ ਆਇਓ ਭਾਈ ਸ਼ਹਿਰ, ਸ਼ੇਰਾਂ ਵਾਲਾ ਬਾਗ, ਸ਼ਹਿਰ ਸ਼ੇਰਾਂ ਵਾਲਾ ਬਾਗ, ਸ਼ਹਿਰ ਸ਼ੇਰਾਂ ਜਾ ਰਹੀ ਹੈ ਗੱਡੀ, ਸ਼ੇਰਾਂ ਵਾਲਾ ਬਾਗ ਵੇ, ਸ਼ਹਿਰ ਸ਼ੇਰਾਂ ਵਾਲੇ ਬਾਗ, ਸ਼ੇਰਾਂ ਵਾਲਾ ਬਾਗ ਆ ਰਿਹਾ, ਸ਼ੇਰਾਂ ਵਾਲਾ ਬਾਗ। ਹਾਂਜੀ ਭਾਈ, 15 ਰੁਪਏ ਭਾਈ, 10 ਰੁਪਏ ਸਾਰੇ ਭਾਈ ਨੇ, 15 ਰੁਪਈਏ ਦਾ ਕਿਰਾਇਆ ਨਹੀਂ ਭਾਈ, ਕਿਰਾਏ ਮਨੀਤ ਦਾ ਸ਼ਹਿਰ ਦਾ ਮਤਲਬ ਕਿ ਕਿਰਾਇਆ ਵੀ 15 ਰੁਪਏ ਲੋਗ। ਨਹੀਂ ਇਹ ਘੱਟ ਨਹੀਂ ਜੀ, ਮਨੀਤ ਆਈ 5 ਰੁਪਏ ਬਾਅਦ ਖੜਿਆ ਕਿ ਸ਼ਾਮ ਨੂੰ ਜਾ ਘਰ ਦੇਣਾ। ਕੋਈ ਗੱਲ ਨਹੀਂ, ਨਹੀਂ ਤੁਸੀਂ ਨਹੀਂ ਬਹਿਣਾ ਤੇ ਫਿਰ ਨਾ ਪਵੋ, ਨਹੀਂ ਭਾਈ ਨੇ ਇਹਦੇ 15 ਰੁਪਈਏ ਕਿਰਾਇਆ ਹੋਣਾ, ਇਹ ਤੇ ਮੈਂ ਜਾ ਕੇ ਸ਼ਾਮ ਨੂੰ ਆਪਣੀ ਬੇਗਮ ਨੂੰ ਹਿਸਾਬ ਨਹੀਂ ਦੇਣਾ 5 ਰੁਪਏ ਦਾ। ਤੇ ਭਾਈ ਹੁਣ ਮੈਂ ਦੂਜਿਆਂ ਨੂੰ ਕਿਰਾਇਆ ਖਰਾਬ ਕਰਨਾ ਤੁਹਾਡੇ ਵਾਸਤੇ, ਇਹਦਾ ਭਾਈ ਹਰ ਹਰ ਘਰ ਹੀ ਬੰਦਾ ਰਨ ਮੁਰੀਦ ਨੇ, ਮੈਂ ਕਦੋਂ ਕਹਿ ਰਿਹਾ ਵਾਂ। ਬਵੋ ਬਵੋ ਯਾਰ, ਐਕਟਿੰਗ ਵੈਸੇ ਬੜੀ ਕਰਦੇ, ਸ਼ੇਰਾਂ ਵਾਲਾ ਬਾਗ, ਸ਼ੇਰਾਂ ਵਾਲਾ ਬਾਗ, 10 ਰੁਪਏ ਕਰਾਇਆ ਨਹੀਂ ਭਾਈ, 15 ਰੁਪਏ, 15 ਸਰ ਨਹੀਂ ਪਤਾ ਕੈਮਰਾ ਲੱਗਿਆ ਵਾਲਾ ਐਕਟਿੰਗ ਰਹਿੰਦੇ ਤੈਨੂੰ ਤਾਂ ਬਾਗ, ਸ਼ੇਰਾਂ ਵਾਲਾ ਬਾਗ ਆਇਓ, ਸ਼ੇਰਾਂ ਵਾਲੇ ਬਾਗ ਚੱਲੀ ਗੱਡੀ ਭਾਈ, ਸ਼ੇਰਾਂ ਵਾਲੇ ਬਾਗ, ਸ਼ੇਰਾਂ ਵਾਲਾ ਬਾਗ, ਸ਼ੇਰਾਂ ਵਾਲਾ ਬਾਗ, ਇਹ ਨਾਨ ਸਟਾਪ ਗੱਡੀ ਚੱਲੀ ਏ, 15 ਰੁਪਏ ਕਰਾਇਆ ਸ਼ੇਰਾਂ ਵਾਲਾ, ਨਹੀਂ ਭਾਈ ਦਸਾਂ ਵਾਲਾ ਕੋਈ ਚੱਕਰ ਨਹੀਂ, ਸਾਰਿਆਂ ਨੂੰ ਦੱਸ ਦੱਸ ਕਿਹਾ ਭਾਈ, ਦੂਜਿਆਂ ਦਾ ਕਿਰਾਇਆ ਖਰਾਬ ਹੁੰਦਾ, ਮੈਨੂੰ ਅੱਡੇ ਜੋ ਬੁਲਾ ਰਹੇ ਆ, ਤੁਹਾਡੀ ਮਿਹਰਬਾਨੀ ਹੈ ਭਾਈ, ਨਹੀਂ ਹੋਣਾ। ਹਾਂ ਬਵੋ ਬਵੋ ਬਵੋ, ਸ਼ੇਰਾਂ ਵਾਲਾ ਬਾਗ ਭਾਈ, 15 ਰੁਪਏ ਕਰਾਇਆ ਸ਼ੇਰਾਂ ਵਾਲਾ ਬਾਗ, ਸ਼ਹਿਰ ਸ਼ੇਰਾਂ ਵਾਲਾ ਬਾਗ ਭਾਈ, ਚੱਲੀ ਗੱਡੀ ਤਿਆਰ ਭਾਈ ਤਿਆਰ, ਸ਼ੇਰਾਂ ਵਾਲੇ ਬਾਗ, ਸ਼ੇਰਾਂ ਵਾਲੇ ਬਾਗ, ਆਇਓ 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 ਭਾਈ, ਸ਼ੇਰਾਂ ਵਾਲੇ ਬਾਗ, ਨਹੀਂ ਭਾਈ ਨੇ ਗੋਂਦਾ ਨੇ, ਸ਼ੇਰਾਂ ਵਾਲੇ ਬਾਗ, ਸ਼ੇਰਾਂ ਵਾਲੇ ਬਾਗ, ਸ਼ੇਰਾਂ ਵਾਲੇ ਬਾਗ, 15 ਰੁਪਈਏ ਭਾਈ, ਕਮੀ ਪਿੱਛ ਨਹੀਂ ਹੈ ਭਾਈ ਨਾ, ਦੂਜਿਆਂ ਦਾ ਕਿਰਾਇਆ ਖਰਾਬ ਹੁੰਦਾ, ਸਾਰਿਆਂ ਨੇ 15 ਰੁਪਏ ਰੇਟ ਫਿਕਸੇ ਸਾਡਾ, ਪਤਾ ਵੀਡੀਓ ਬਣੇ ਨਹੀਂ ਵਾਲੇ ਕਿੱਥੇ ਆ ਰਹੇ ਹੋ ਭਾਈ, ਸ਼ੇਰਾਂ ਵਾਲੇ ਬਾਗ, ਸਟੂਡੈਂਟ ਨੀ ਚੱਲਦਾ ਰਕਸ਼ਾ ਜੇ, ਬਵੋ ਭਾਈ ਪਿੱਛੇ ਆ ਜਗ੍ਹਾ ਘੱਟ ਜਾਣਾ, ਮਰੀਜ਼ ਨੂੰ ਚੈੱਕ ਕਰਾਉਣਾ, ਇੱਕ ਸਵਾਰੀ ਘੱਟ, ਮੈਂ ਤੁਰ ਪਾਵਾਂ ਜਾਓ ਜੀ ਉਥੋਂ ਜਾ ਕੇ ਉਹਨੂੰ ਲੈ, ਉੱਥੇ ਗਿਆ ਵਾ ਤੇ ਮੇਰਾ ਪੁੱਤਰ ਜਿਹੜਾ ਉਹ ਬਿਮਾਰ ਹੋਇਆ ਸੀ, ਉਹ ਆਂਦਾ ਪੁੱਤਰ ਮੇਰਾ ਰਕਸ਼ਾ ਖਲੋਤਾ ਤੇ ਘਰ ਬਿੱਲ ਵੀ ਆਇਆ ਬਿਜਲੀ ਦਾ, ਤੇ ਉਹ ਹੁਣ ਮੈਂ ਦਿਆਂਗਾ, ਤੇ ਤੂੰ 3-4 ਦਿਨ ਰਕਸ਼ਾ ਚਲਾ ਲਾ, ਤੇ ਹੁਣ ਮਜਬੂਰੀ ਤੋਂ ਫਿਰ ਚਲਾਉਣਾ ਪੈਂਦਾ, ਬਿੱਲ ਦੇ ਕੇ ਉਹਨਾਂ ਨੂੰ ਤੇ ਫੇਰ ਉਹਨਾਂ ਜਨਾਨੀ ਤੋੜ ਦੇਣੀ, 7000 ਰੁਪਈਆ ਜਾ ਕੇ ਭਰਜਾਈ ਨੂੰ ਲੈ ਗਿਆ, ਰਕਸ਼ਾ ਰੁਸ਼ਕਾ ਨਾ ਚਲਾ, ਐਡਾ ਸੁਪਰ ਸਟਾਰ ਯਾਰ ਤੂੰ ਬੰਦਾ ਹੈ।
अच्छा तो नाज़रीन ये आपने वीडियो देखी है पीके रन मुरीद साहब की, ये मतलब रन मुरीदी जो है ना इनका टॉपिक है मेन, ये हर वीडियो में रन मुरीदी को डालने की कोशिश करते हैं, तो आप इस वीडियो पे क्या कहना चाहते हैं जी? बहुत अच्छी वीडियो है, तो इस वीडियो से ये लगता है जैसे बंदा 6-7 हज़ार में अपने ससुरालियों को मना के बेगम लेके आ जाता है यार, तो कोई लंबा चौड़ा चक्कर नहीं होता, फिर तो मौलवी के पैसे भी बचते हैं और भी बहुत सारे काम बचे, जैसे रन मुरीद साहब कर रहे हैं जी, 7 हज़ार में बेगम लेके आ रहे हैं। अच्छा तो मैं इसमें ये कहना चाहूँगा कि रन मुरीद साहब ने चलें ठीक है एक अच्छा टॉपिक बनाया था, जो एक्टिंग कर रहे हैं ना वो थोड़ा सा मतलब प्रोफेशनल किस्म के नहीं थे लग रहे, ठीक है चलता है यार लोगों ने देख रहा है उनका नाम बड़ा फेमस हो गया, लेकिन ये था कि उन्हें थोड़ी सी सीरियस एक्टिंग करनी चाहिए थी, सारे पैसेंजर जो थे मुस्करा रहे थे, तो चलें ठीक है जी। एक ही डायलॉग जो होता है ना वो इंसान के मैार को थोड़ा नीचे ले आता, क्योंकि 6-7 बंदे और डायलॉग एक हो, डिफरेंट डायलॉग डिफरेंट पीपल हों तो फिर ज़्यादा अच्छा कॉम्बिनेशन बनता है। तो वैसे रन मुरीद साहब जो है फेमस काफ़ी हो चुके हैं, तो उन्हें तो लोगों ने अब देखना ही है, लोगों को वो खुश कर रहे हैं। तो नाज़रीन इस वीडियो में इतना ही, मिलते हैं एक और वीडियो के साथ, अगर तो आपको ये वीडियो पसंद आई है तो इसे लाइक कर दीजिएगा, कमेंट कर दीजिएगा, और अगर नहीं तो फिर सानू ही रन मुरीद ही बनना पैना जी। तो ओके, तो नाज़रीन इस चैनल को सब्सक्राइब करने के साथ साथ बेल आइकन पर ज़रूर क्लिक कर दीजिएगा, मिलते हैं फिर किसी और रिएक्शन के साथ, तब तक के लिए गुड बाय। See you.